ਤੁਹਾਡੇ ਪਿਆਰ ਸਦਕਾ, ਤੁਹਾਡੀ ਮੁਹੱਬਤ ਸਦਕਾ, ਤੁਹਾਡੇ ਆਸ਼ੀਰਵਾਦ ਸਦਕਾ, ਤੁਹਾਡੀ ਸਪੋਰਟ ਸਦਕਾ ਪ੍ਰਮੋਸ਼ਨ ਹੋ ਗਈ ਹੈ ਜੀ ਮੇਰੀ। ਬੇਵਕੂਫੋ, ਤਾੜੀਆਂ ਬਣਦੀਆਂ ਇੱਥੇ ਸੁਣ ਮੈਂ ਕਹਿ ਰਿਹਾ ਕਿ ਤਾੜੀ ਮਾਰਨ ਦਾ ਵੀ ਇੱਕ ਤਰੀਕਾ ਹੁੰਦਾ, ਅਪਲੌਸ ਕਰਨ ਦਾ ਵੀ ਤਰੀਕਾ ਹੁੰਦਾ, ਅਪਲੌਸ ਬਹੁਤ ਸਰ। ਹਾਏ, ਤੁਸੀਂ ਮਤਲਬ ਪ੍ਰਮੋਸ਼ਨ ਹੈ, ਅਫਸੋਸ ਕਾਹਤੋਂ ਕਰਨਾ ਸਰ? ਅਫਸੋਸ ਨਹੀਂ, ਅਪਲੌਸ। ਆਏ ਹੋਏ, ਮੈਂ ਪ੍ਰਮੋਸ਼ਨ ਵਾਲੇ ਦਿਨ ਨਹੀਂ ਕਿਉਂ ਇੱਥੋਂ ਚੱਲ ਜਾਵਾਂ। ਮੈਂ ਕਿਹਾ ਸੀ DCP ਸਾਹਿਬ ਨੂੰ, ਮੈਂ ਕਿਹਾ ਜੇ ਪ੍ਰਮੋਸ਼ਨ ਕਰਨੀ ਹੈ ਘੱਟੋ ਘੱਟ ਉਹਦੀ ਤਾਂ ਡਿਮੋਸ਼ਨ ਕਰੋ, ਉਹਨੂੰ ਤਾਂ ਕੱਢੋ ਇੱਥੋਂ। ਉਹ ਜੇ ਮੈਨੂੰ ਮਤਲਬ ਐਡੀ ਵੱਡਾ ਰੈਂਕ ਦੇ ਕੇ ਵੀ ਮੇਰੇ ਸਿਰ 'ਤੇ ਆਹੀ ਖਿਲਾਰਨੇ ਹੈ, ਤੇ ਫਿਰ ਮੈਂ ਕਿਤੇ ਹੋਰ ਨਾ, ਮੈਂ ਕਿਤੇ ਬੱਸ ਅੱਡੇ ਤੇ ਨਾ ਲੱਗ ਜਾ। ਮੈਂ ਡਿਊਟੀ ਤੇ ਪੂਰੀ ਕਰਦੀ ਸਰ, ਬੋਲੀਆਂ ਤਾਂ ਪਾਉਂਦੀਆਂ ਨਾ ਪੂਰੀਆਂ। ਕੀ ਕਰਨੀ ਹੈ ਤੂੰ? ਬੋਲੀਆਂ ਸਰ ਪੂਰੀਆਂ ਪਾਉਂਦੀਆਂ। ਬੜੀ ਬੋਲੀਆਂ ਪਾਉਂਦੀਆਂ, ਕਿਹੜਾ ਮਹਿਕਮਾ ਜਿਹੜਾ ਬੋਲੀਆਂ ਨਾਲ ਚੱਲਦਾ, ਦੱਸੀ ਮੈਨੂੰ ਸਰ। ਕਿੱਦਾਂ ਕੋਟਾ? ਉਸੇ ਕੋਟੇ 'ਚ ਤੈਨੂੰ ਕਿਤੇ ਕੁੱਟ ਪਈ ਨਾ, ਤੇ ਤੈਨੂੰ ਪਤਾ ਲੱਗ ਜਾਣਾ ਸਰ। ਉੱਥੇ ਮੈਂ ਜਿਹੜੀਆਂ ਬਾਕੀ ਕੁੜੀਆਂ ਨੇ ਜਿਹੜੀਆਂ ਮੁਲਾਜ਼ਮ ਭਰਤੀਆਂ ਹੋਈਆਂ ਹਨਾ, ਤੇ ਜਿਹੜੀਆਂ ਗਿੱਧੇ ਕੋਠੇ 'ਚ ਆ, ਉਹਨਾਂ ਕੋਲ ਮੈਂ ਤੇਰੇ ਏਦਾਂ ਚਪੇੜਾਂ ਪਵਾਉਣੀਆਂ, ਏਦਾਂ ਏਦਾਂ ਇੱਧਰੋਂ ਆ, ਇੱਧਰੋਂ ਆ, ਬਾਰੀ ਬਰਸੀ ਨਾ ਖੱਟ ਕੇ ਲਿਆਂਦੀ ਨਾ ਉਹਨਾਂ ਤੇ। ਮੈਂ ਵੀ ਸਰ ਬੋਲੀਆਂ ਫਿਰ ਸੁਣਾਉਂਦੇ, ਖੱਟੀ ਵੀ ਨਹੀਂ ਜਾਣੀ, ਇਹ ਵੀ ਯਾਦ ਰੱਖੀ ਜਨਾਬ। ਅੱਜ ਨਾ ਜੀ ਸੋਹਣਾ ਬਹੁਤ ਲੱਗ ਰਿਹਾ ਮੈਂ। ਹੈਂ? ਮੈਂ ਪੁੱਤਰ, ਤੁਹਾਨੂੰ ਕੀ ਲੱਗਦਾ ਮੈਂ ਅੱਜ ਪ੍ਰਮੋਸ਼ਨ ਹੋਈ ਹੈ ਮੇਰੀ, ਤੇ ਮੈਂ ਇੱਦਾਂ ਹੀ ਆ ਗਿਆ, ਤੇਰੇ ਸੋਹਣੇ ਤੋਂ ਮੈਨੂੰ ਗੱਲ ਯਾਦ ਆਈ ਹੈ? ਅੱਛਾ ਜੀ, ਉਹੀ ਉਹੀ ਮੈਂ ਸੋਚ ਰਿਹਾ ਕਿ ਯਾਰ ਤੁਸੀਂ ਮੈਨੂੰ ਲੱਗਦਾ ਸੀਰੀਅਸ ਲੈ ਨਹੀਂ ਰਹੇ। ਮਤਲਬ ਸਰ ਤੁਸੀਂ ਇੰਨਾ ਪਿਆਰ ਕਰਦੇ ਸੀ ਸਾਨੂੰ। ਨਹੀਂ ਨਹੀਂ ਬੇਟਾ, ਪਿਆਰ ਨਹੀਂ, ਉਦਾਂ ਹੀ ਵੈਸੇ ਜਦੋਂ ਕਹਿੰਦੇ ਆ ਪ੍ਰਮੋਸ਼ਨ ਹੋ ਜਾਏ ਗਰੀਬਾਂ 'ਚ ਕੁਛ ਵੰਡਣਾ ਚਾਹੀਦਾ, ਮੈਂ ਤਾਂ ਲਿਆ। ਉਹ ਮੈਂ ਤੁਹਾਡੇ ਲਈ ਕੁਛ ਲੈ ਕੇ ਆਇਆ, ਗਿਫਟ ਲੈ ਕੇ ਆਇਆ ਮੇਰੇ ਵਾਸਤੇ ਵੀ ਆਪਣੀ ਪ੍ਰਮੋਸ਼ਨ ਤੇ। ਉਹ ਮੈਂ ਕਹਿੰਦਾ ਉਹ ਨਿੱਕੀ ਬੋਰੀ ਵੀ ਆ ਜਾਏ, ਛੋਟਾ ਤੋੜਾ ਨਹੀਂ ਹੁੰਦਾ ਉਹ ਵੀ ਆ ਜਾਂਦਾ, ਚਲੋ ਉਹਦੇ ਨਾਲ ਵੀ ਗੱਲ ਹੋ ਜਾਂਦੀ ਤੇ ਉਹਨੂੰ ਵੀ ਕਹਿ ਦਿੰਦਾ ਮੈਂ ਕੁਛ। ਹੋਰ ਸੁਣਾਓ। ਅੱਛਾ ਮੇਰੀ ਗੱਲ ਸੁਣੋ, ਹੁਣ ਡਿਊਟੀਆਂ ਹੋ ਗਈਆਂ ਨੇ ਸਖਤ, ਮੈਂ ਆ ਜਾਣਾ, ਮੈਂ ਪਿੱਛੇ ਨਾਕਿਆਂ ਨੂੰ ਕਹਿੰਦੇ ਨਹੀਂ ਗਿਆ, ਬਹੁਤ ਮੈਂ ਸਖਤ ਛੁੱਟੀਆਂ ਤੇ ਰਿਹਾ ਇੱਥੇ। ਪੈਸੇ ਕੱਟ ਕਾਰਡ ਪਵਾ ਦਿੰਨੇ ਆ। ਸਤਿ ਸ੍ਰੀ ਅਕਾਲ ਸਰ ਜੀ, ਲੈਣ ਸੁਣਾ ਦੁਬਾਰਾ। ਮਿੱਤਰਾਂ ਨੂੰ ਮਿਸ ਕਾਲਾ ਮਾਰਦੀ ਜੇ ਪੈਸੇ ਕੱਟ ਕਾਰਡ ਪਵਾ ਦਿੰਨੇ ਆ। ਨਾਲ ਕਿਹੜਾ ਵਿਆਹ ਦਾ ਪਾਣਾ, ਵਿਆਹ ਦਾ ਪਾਣਾ ਕਾਰਡ ਉਹਨੂੰ, ਪੈਸੇ ਤੇ ਤੇਰੇ ਕੋਲ ਆਪ ਨਹੀਂ ਹੁੰਦੇ ਤੇ ਕਾਰਡ ਕਾਹਦਾ ਪਾਉਣਾ ਤੂੰ? ਮਰ ਜਾਣਾ ਛੋਟੀ ਸਿਮਰ ਦਾ ਮੂੰਹ ਲੱਗਾ ਗਾ। ਛੋਟੀ ਸਿਮਰ ਵਰਗਾ ਚੱਲ। ਚਮਕੇ 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 ਵੇ, ਚਮਕੇ 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 ਵੇ, ਤੇਰਾ ਢਿੱਡ ਗੋਡਿਆਂ ਤੱਕ ਚਮਕੇ ਵੇ, ਤੇਰਾ ਢਿੱਡ ਗੋਡਿਆਂ ਤੱਕ ਚਮਕੇ। ਮੈਂ ਤੁਹਾਨੂੰ ਦੱਸ ਦਵਾਂ ਬੇਵਕੂਫਾ, ਤੁਹਾਡੇ ਲਈ ਮੈਂ ਕੁਛ ਲੈ ਕੇ ਆਇਆ। ਬਿਲਕੁਲ ਬਿਲਕੁਲ, ਲਓ ਜੀ ਕਰਾਓ ਮੂੰਹ ਮਿੱਠਾ। ਹੈਂ? ਲਓ ਜੀ ਕਰਾਓ ਮੂੰਹ ਮਿੱਠਾ। ਅੱਛਾ, ਤੈਨੂੰ ਮੈਂ ਮਿੱਠਾ ਚਾਹੇ ਕੁਛ ਵੀ ਦਵਾਂ, ਤੇਰਾ ਮੂੰਹ ਹੋਣਾ ਕੌੜਾ ਹੀ ਆ, ਕਿਉਂਕਿ ਤੇਰੇ ਅੰਦਰ ਕੌੜ ਬਹੁਤ ਆ ਨਾ। ਇਹਨੂੰ ਦੇਖ ਕੇ ਸਗੋਂ ਕੌੜਾ ਹੋ ਜਾਂਦਾ ਮਨ। ਤੈਨੂੰ ਦੇਖ ਕੇ ਬੜਾ ਚਾਅ ਚੜਦਾ ਹੋਣਾ ਲੋਕਾਂ ਨੂੰ। ਹਾਏ ਫਿਰ ਇਦਾਂ ਫਿਰ ਪੁੱਤਰ, ਤੈਨੂੰ ਦੇਖ ਕੇ ਤੇ ਉਹ ਉਲਟੀਆਂ ਸ਼ੁਰੂ ਹੋ ਜਾਂਦੀਆਂ ਜਿਹੜੀਆਂ ਹਫ਼ਤਾ ਨਹੀਂ ਬੰਦ ਹੁੰਦੀਆਂ। ਸਿਰਫ ਸਿੱਧੀਆਂ ਹੋਣੀਆਂ ਚਾਹੀਦੀਆਂ ਨਾ ਸਰ ਜੀ? ਪਹਿਲੇ ਸਿੱਧੀਆਂ ਹੀ, ਫੇਰ ਹੀ ਉਲਟੀਆਂ। ਹਾਂ, ਤੁਹਾਨੂੰ ਤਾਂ ਖੁਸ਼ੀ ਚੜੀ ਆ, ਸਾਨੂੰ ਤਾਂ ਨਹੀਂ ਚੜੀ। ਅੱਛਾ, ਤੈਨੂੰ ਕੋਈ ਖੁਸ਼ੀ ਨਹੀਂ ਜਿਹੜਾ ਇੱਥੇ ਗੱਪਾ ਗੱਪ ਖਾਂਦਾ ਰਿਹਾ ਤੂੰ, ਫਿਰ ਰੋਟੀ ਖਾਂਦਾ ਰਿਹਾ ਜਿਹੜੇ ਅਫਸਰ ਦੇ ਅੰਡਰ ਤੂੰ ਰੋਟੀ ਖਾਂਦਾ ਰਿਹਾ ਇੱਥੇ, ਤੂੰ ਚੰਗਾ ਹੈ ਜਿਹਨੇ ਤੈਨੂੰ ਜੇਲ੍ਹ ਚੋਂ ਕੱਢ ਕੇ ਇੱਥੇ ਸਾਹਮਣੇ ਲਿਆਂਦਾ, ਉਹਦੇ ਲਈ ਤੂੰ ਖੁਸ਼ ਨਹੀਂ ਪੁੱਤਰ? ਦਿਲ ਤੋੜਿਆ ਅੱਜ ਤੂੰ ਸਰ ਜੀ, ਅੱਜ ਦਿਲ ਤੋੜਿਆ ਭਰਾ ਦਾ, ਨਹੀਂ ਭਰਾ ਨਹੀਂ, ਅੱਜ ਦਿਲ ਤੋੜਿਆ ਅਫਸਰ ਦਾ ਤੂੰ। ਅਫਸਰ ਸਾਹਿਬ, ਮੈਨੂੰ ਅੱਜ ਖੁਸ਼ੀ ਨਹੀਂ, ਮਤਲਬ ਤੁਸੀਂ ਸਾਨੂੰ ਤੇ ਖੁਸ਼ ਨਹੀਂ ਕੀਤਾ, ਆਪ ਖੁਸ਼ ਹੋ ਜੀ? ਹਾਂਜੀ, ਖੁਸ਼ ਹੋਣਾ। ਹਾਂ, ਅੱਗੇ ਆ, ਅੱਗੇ ਕਿਉਂ ਆ ਜੀ? ਅੱਗੇ ਆ, ਸਵਾਲ ਨਾ ਕਰ, ਹੋ ਗਿਆ ਮੁੰਡਾ ਖੁਸ਼ ਹੋ, ਨਾਲ ਦੇ ਨਾਲ ਖੁਸ਼ ਕਰ। ਮੈਂ ਵੀ ਹੋਣਾ। ਹੈ? ਮੈਂ ਵੀ ਹੋਣਾ ਸਰ ਕੁਛ। ਆ ਲੈ ਤੇ ਆਪੇ ਦੇਖ ਲੈ ਤੇ ਲੋ ਜੀ, ਮੈਂ ਇਹਨਾਂ ਨੂੰ ਪਹਿਲੇ ਗਿਫਟ ਦੇ ਦਵਾਂ, ਹੈ ਨਾ, ਇਹਨੂੰ ਇੰਜ ਆਪੇ ਕਰ ਲੈਣਾ ਤੇ ਲਓ ਜੀ। ਹੁਣ ਆਪਾਂ ਕੀ ਕਰੀਏ ਕਿ ਇਹਨਾਂ ਨੂੰ ਕੁਛ ਦੇ ਦਈਏ, ਬੱਚੇ ਵਿਚਾਰੇ ਬੜੇ ਤਰਸੀਆਂ ਹੋਈਆਂ ਔਰ ਕਾਫੀ ਭੁੱਖੀਆਂ ਹੋਈਆਂ ਔਰ ਕਾਫੀ ਗਰੀਬ ਨਜ਼ਰਾਂ ਨਾਲ ਮੈਨੂੰ ਦੇਖ ਰਹੇ ਆ, ਤੇ ਮੈਂ ਇਹਨੂੰ ਦੇਖ ਸਰ ਵੇਖ ਲਓ, ਸਭ ਤੋਂ ਪਹਿਲੇ ਛਿੰਦੇ ਤੇਰ ਲਈ। ਸਰ ਦੇਖ ਲਓ, ਤੁਹਾਡੀ ਨਿੱਕੀ ਜੀ ਪ੍ਰਮੋਸ਼ਨ ਹੋਈ ਆ ਤੇ ਤੁਸੀਂ ਮੇਰੇ ਨਿੱਕੀ ਕੀ ਹੁੰਦਾ, ਇਹ ਨਿੱਕੀ ਪ੍ਰਮੋਸ਼ਨ ਹੈ ਸਰ? ਤੈਨੂੰ ਇੰਨੇ ਚ ਵੀ ਨਹੀਂ ਅਗਲਾ ਆਂਟੀ ਕਿ ਤੂੰ ਖੜਾ ਤੇ ਮੈਂ ਬੈਠਾ, ਇਹ ਨਿੱਕੀ ਆ ਸਰ? ਐਡਾ ਕ ਤਾਂ ਸਟਾਰ ਲੱਗਾ, ਪਤਾ ਲੱਗ ਰਿਹਾ, ਐਡਾ ਕ ਤਾਂ ਸਟਾਰ ਲੱਗਾ, ਨਿੱਕੀ ਜੀ ਹੋਈ ਨਾ ਸਰ? ਤੁਸੀਂ ਚੰਨ ਲਾ ਕੇ ਦਿਖਾਓ ਇਹਨੂੰ। ਹੈ? ਚੰਨ ਲਾ ਕੇ ਦਿਖਾਓ ਸਰ। ਵਾਹ ਵਾਹ ਵਾਹ, ਚੰਨ ਲਾ, ਚੰਨ ਕੌਣ, ਟੈਰਾਂ ਵਾਲਾ? ਹਾਏ ਸਰ, ਮਤਲਬ ਤਾਰਾ ਲੱਗਾ ਨਾ। ਉਹ ਬੇਵਕੂਫੋ, ਜਦੋਂ
ਵੈਸੇ ਤੁਹਾਨੂੰ ਕੀ ਸਮਝਾਵਾਂ ਮੈਂ, ਤੁਹਾਡੀ ਕਿਹੜੀ ਜ਼ਿੰਦਗੀ 'ਚ ਕਦੀ ਪ੍ਰਮੋਸ਼ਨ ਹੋਣੀ? ਹਾਂਜੀ ਹਾਂਜੀ ਹੈਨਾ ਹਾਏ ਸਿਰ ਬੋਲੀਆਂ ਬੋਲੀਆਂ ਦੇ ਵਿੱਚ ਹੁੰਦੀ ਆ, ਕੁਛ ਨਹੀਂ ਹੋਣਾ ਪੁੱਤਰ ਤੇਰਾ ਬੋਲੀਆਂ 'ਚ, ਕਿਸੇ ਨੇ ਨਹੀਂ ਤੈਨੂੰ ਸੁਣਨਾ। ਇਹਦੀ ਪ੍ਰਮੋਸ਼ਨ ਸਰ, ਇਹਦੀ ਪ੍ਰਮੋਸ਼ਨ ਤਾਂ ਹੀ ਹੋ ਸਕਦੀ ਜੇ ਬਾਰੀ ਦੀ ਥਾਂ ਤੇ ਦਰਵਾਜ਼ਾ ਕਰੇ, ਤੇ ਉਹ ਦਰਵਾਜ਼ੇ ਦੀ ਕੁੰਡੀ ਤੇਰੇ ਨੱਕ ਤੇ ਮਰੇ, ਫਿਰ ਜ਼ਿਆਦਾ ਵਧੀਆ ਪ੍ਰਮੋਸ਼ਨ ਹੋਣੀ। ਦਰਵਾਜ਼ੇ ਵਿੱਚ ਨਾ ਆਪਣੀ ਉਂਗਲੀ ਲਾ ਕੇ ਲੇਰਾਂ ਮਾਰਦੀਆਂ ਹੁੰਦੀਆਂ ਤੁਹਾਡੇ ਵਰਗੀਆਂ। ਹਾਂ ਲੇਰਾਂ ਕੀ ਹੁੰਦੀਆਂ ਵੈਸੇ? ਵੱਡੀ ਵਪਾਤ ਆਪ ਤੂੰ ਮਰ ਜਾਣਾ, ਤੂੰ ਵੀ ਪਾਸ਼ਾ ਪਸ਼ੂ। ਲੱਗਿਆ ਇੱਕ ਹੋਰ ਸਟਾਰ ਤੇਰੇ ਕੋਲੇ ਆਉਣੀ ਇੱਕ ਨਵੀਂ ਕਾਰ, ਜਿਉਣੇ ਦੇ ਹੁੰਦੇ ਸ਼ੋਸ਼ਣ ਨੂੰ ਪਾਲੀ ਤੁਹਾਡੀ ਪ੍ਰਮੋਸ਼ਨ ਨੂੰ ਵਧਾਈਆਂ ਜੀ, ਵਧਾਈਆਂ ਪਾਲੀ ਤੈਨੂੰ ਵਧਾਈਆਂ ਜੀ, ਵਧਾਈਆਂ ਪਾਲੀ ਤੈਨੂੰ ਵਧਾਈਆਂ ਜੀ, ਤੇਰੀ ਬੋਲੀਆਂ ਨੂੰ ਨਾਲੇ ਤੁਹਾਡੇ ਘਰ ਦੀਆਂ ਕੋਲੀਆਂ ਨੂੰ ਵਧਾਈਆਂ ਜੀ, ਵਧਾਈਆਂ ਪਾਲੀ ਤੈਨੂੰ ਵਧਾਈਆਂ ਜੀ, ਵਧਾਈਆਂ ਤੈਨੂੰ ਪਾਲੀ ਵਧਾਈਆਂ ਜੀ। ਨਹੀਂ ਮੈਂ ਅਫਸਰ ਹਾਂ, ਇੱਦਾਂ ਬਹੁਤਾ ਵੀ ਨਹੀਂ ਮੈਂ। ਓਹੋ ਅੰਦਰ ਵਧਾਈਆਂ ਨਾਲੇ ਸਰਕਾਰ ਨੂੰ, ਖੁਸ਼ੀ 'ਚ ਚੜਨਾ ਜਾਵੇ ਬੁਖਾਰ ਨੂੰ, ਵਧਾਈਆਂ ਜੀ, ਵਧਾਈਆਂ ਪਾਲੀ ਤੈਨੂੰ ਵਧਾਈਆਂ। ਅੱਛਾ ਹੁਣ ਇੱਕ ਸਲੋ ਰਿਦਮ 'ਚ, ਹਾਂਜੀ, ਵਧਾਈਆਂ ਪਾਲੀ ਤੈਨੂੰ ਵਧਾਈਆਂ ਜੀ, ਵਧਾਈਆਂ ਪਾਲੀ ਤੈਨੂੰ ਵਧਾਈਆਂ ਜੀ, ਵਧਾਈਆਂ ਪਾਲੀ ਤੈਨੂੰ ਵਧਾਈਆਂ ਜੀ। ਵੇ ਕਮਾਰੀਏ ਮੈਡਮ, ਡੀਜੇ ਤੇ ਬਿਠਾਇਆ ਕਿੰਨੇ? ਹਾਏ ਸਰ, ਡੀਜੇ ਤੇ ਨਹੀਂ ਬੈਠੀ ਮੈਂ, ਸਾਈਡ ਡਫਲੀ ਤੇ ਬੈਠੀ। ਸਰ ਤੇਰੀ ਰੇਸ ਕੌਣ ਵਧਾ ਜਾਂਦਾ? ਸਰ ਤੁਸੀਂ ਆਪ ਹੀ ਤੇ ਕਹਿਆ, ਮੈਂ ਪਹਿਲੇ ਸਲੋ ਕਿਹਾ ਸੀ, ਫਾਸਟ ਤੂੰ ਆਪਣੇ ਲੋ ਪਾ ਲਿਆ ਜਨਾਬ। ਰੇਸ ਚੱਕਰ 'ਚ ਮੈਂ 33 ਦੀ ਐਵਰੇਜ ਦੇਣੀ ਸ਼ੁਰੂ ਕਰਤੀ ਮੈਡਮ ਦੀ ਸਰਵਿਸ ਹੋਣ ਵਾਲੀ ਜੀ, ਉਹ ਰੇਸ ਫੜ ਜਾਂਦੀ। ਜਨਾਬ ਹੁਣ ਕੋਈ ਤੇਰਾ ਵੀ ਕਲਾਚਰ ਗਈ ਹੈ, ਮੈਂ ਦੇਖਿਆ। ਮੈਂ ਵੀ ਸਰ ਸੋਚ ਰਹੀ ਸੀ ਛੋਟੇ ਗੇਟ ਦੀ ਜਗ੍ਹਾ ਇਹਨੂੰ ਨਾ ਰੱਖ ਲਵਾਂ ਮੈਂ। ਆਹੋ ਇਹ ਪੈ ਵੀ ਇੰਜ ਜਾਣ, ਇੰਜ ਇੰਜ ਕਰਕੇ ਹੱਥ ਲੱਗ ਨਹੀਂ ਹੁੰਦਾ ਜਿਹੜਾ? ਸਰ ਨਹੀਂ, ਇਹਨੂੰ ਉੱਥੇ ਫਿੱਟ ਕਰ ਦੇਣਾ, ਇਹਨੂੰ ਕਹਿਣਾ ਪਹਿਲਾਂ ਗੇਅਰ ਪਾ। ਬੇਵਕੂਫੋ ਪਹਿਲੇ ਜਿਹੜਾ ਗਿਫਟ ਲਿਆਇਆ ਉਹ ਤੇ ਲੈ ਲੋ, ਅੱਖਾਂ ਬੰਦ ਕਰ ਲਾਂ ਜੀ, ਅੱਖਾਂ ਬੰਦ ਕਰ ਲਾਂ ਜੀ, ਕਰ ਲੈ ਕਿਉਂਕਿ ਜਿਹੜੀ ਚੀਜ਼ ਦੇਣੀ ਉਸ ਤੋਂ ਬਾਅਦ ਸਭ ਕੁਝ ਬੰਦ ਹੋ ਜਾਣਾ ਤੇਰਾ। ਇਹ ਲਿਆਓ ਜੀ, ਤੇਰਾ ਘਰ ਦਾ ਟੀਵੀ ਬੰਦ ਹੋ ਜਾਣਾ, ਸਭ ਕੁਝ ਹੋ ਜਾਣਾ। ਕਦੇ ਮੈਨੂੰ ਘਰ ਵਾਲੀ ਨੇ ਗਿਫਟ ਨਹੀਂ ਦਿੱਤਾ, ਇੰਨੀਆਂ ਚੀਜ਼ਾਂ ਮੈਂ ਉਹਨੂੰ ਲੈ ਕੇ ਦਿੱਤੀਆਂ, ਸਰ ਨੇ ਵੇਖ ਲਾ ਨਿੱਕੀ ਜੀ ਪ੍ਰਮੋਸ਼ਨ ਹੋਈ ਤੇ। ਬਸ ਇਦਾਂ ਹੀ ਆ ਪੁੱਤਰ, ਇਹ ਮੈਂ ਤੇਰੇ ਲਈ ਸਪੈਸ਼ਲ ਗਿਫਟ ਲੈ ਕੇ। ਸਰ ਅੱਖਾਂ ਖੋਲ ਨਾ, ਹੈਂ ਅੱਖਾਂ ਖੋਲ ਨਾ ਹੁਣ, ਅੱਖਾਂ ਖੋਲ, ਪਰ ਜ਼ਿੰਦਗੀ 'ਚ ਅਸਲ 'ਚ ਵੀ ਖੋਲ ਕਿ ਕਰਨਾ ਕੀ ਹੈ। ਆਹ ਦੇਖ, ਇਹ ਮੈਂ ਸਪੈਸ਼ਲ ਅਮਰੀਕਾ ਤੋਂ ਬੇਟਾ। ਓ ਇਹ ਤੈਨੂੰ ਪਤਾ ਨਹੀਂ ਕੀ ਹੈਗਾ। ਥੈਂਕ ਯੂ ਸਰ। ਸਪੈਸ਼ਲ ਮੈਂ ਜਦੋਂ ਅਮਰੀਕਾ ਗਿਆ ਸੀ ਨਾ, ਅੱਛਾ ਜੀ, ਜਦੋਂ ਵਾਪਸ ਆਇਆ, ਹਾਂਜੀ, ਅੰਮ੍ਰਿਤਸਰ 에어ਪੋਰਟ ਤੇ ਉਤਰਿਆ, ਹਾਂਜੀ, ਉੱਥੋਂ ਮੈਂ ਆਟੋ ਲਿਆ, ਮੈਂ ਪਹੁੰਚਿਆ ਰੇਲਵੇ ਸਟੇਸ਼ਨ ਲਾਗੇ। ਅੱਛਾ ਜੀ। ਉਹਦੇ ਸਾਹਮਣੇ ਜਿਹੜਾ ਲੰਡਾ ਬਾਜ਼ਾਰ ਹੈ ਨਾ, ਅੱਛਾ ਜੀ, ਉੱਥੋਂ ਮੈਂ ਲੈ ਕੇ ਆਇਆ, ਔਰ ਇਹ ਸਿਰਫ ਤੇਰੇ ਲਈ ਹੈ। ਮਹਿੰਗੀ ਚੀਜ਼ ਹੈ ਪੁੱਤਰਾ, ਗੋਰੇ ਹੋਣ ਵਾਲੀ ਕਰੀਮ ਕਰਦੇ ਕਰ ਇਹਦੇ ਨਾਲ, ਤੂੰ ਜਦੋਂ ਇਹਨੂੰ ਲਾਣਾ ਨਾ ਤੇ ਇਹਨੂੰ ਕਾਲਾ ਕਰਨਾ, ਇਹਨੂੰ ਇਹ ਦੱਸਣਾ ਕਿ ਮੈਂ ਨਹੀਂ ਗੋਰਾ ਹੋ ਸਕਦਾ ਜ਼ਿੰਦਗੀ 'ਚ। ਸੋ ਇੱਧਰ ਲਈ ਇਟਸ ਅ ਚੈਲੰਜ ਫੋਰ ਯੂ, ਉਹ ਜਿੱਦਾਂ 10 ਸਾਲ ਦਾ ਚੈਲੰਜ ਨਹੀਂ ਚੱਲਣ ਡਿਆ ਹੈਗਾ। ਹਾਂਜੀ ਹਾਂਜੀ, ਬਸ ਇਹ ਤੂੰ ਹਫ਼ਤੇ ਦਾ ਸਮਝ। ਸਰ ਇਹ ਚਮਚੇ ਨਾਲ ਲੈਣੇ ਆ ਕਿ ਉਂਗਲੀ ਨਾਲ? ਹੈਂ, ਇਹਨੂੰ ਪੁੱਤਰ ਨਾ ਚਮਚੇ ਨਾਲ ਲੈਣਾ ਨਾ ਉਂਗਲੀ ਨਾਲ, ਇਹਨੂੰ ਸਵੇਰੇ ਪਰਾਂਠਿਆਂ ਤੇ ਲਾ ਕੇ ਖਾਣਾ, ਠੀਕ ਹੈ, ਤੇ ਨਾਲ ਖਾਣੀ ਮਸ਼ਰੂਮ। ਮਸ਼ਰੂਮ, ਹਾਂ, ਉਹ ਇਹ ਤੇ ਲਿਖਿਆ ਹੋਇਆ ਕਿ ਉਹਦੇ ਲਈ ਸਿਹਤ ਬਾਅਦ 'ਚ ਇਹਦੇ ਖਾਣ ਤੋਂ ਬਾਅਦ ਸਹੀ ਹੁੰਦੀ ਹੈ। ਵਿਦ ਮਸ਼ਰੂਮ ਅਰਾਰੋਟ, ਹਾਂ ਅਰਾਰੋਟ, ਤੇ ਇਹ ਲਾ ਕੇ ਨਾ ਬਹੁਤੀ ਚਿੱਟੀ ਚੀਜ਼ ਦੇ ਸਾਹਮਣੇ ਨਹੀਂ ਜਾਣਾ। ਨਹੀਂ ਖਾ ਕੇ ਕਿ ਲਾ ਕੇ ਜੀ? ਖਾ ਕੇ। ਹਾਂਜੀ ਜੀ, ਠੀਕ ਹੈ ਜੀ। ਕਿਸੇ ਚਿੱਟੀ ਚੀਜ਼ ਸਾਹਮਣੇ ਬਹੁਤ ਨਹੀਂ ਜਾਣਾ, ਕੰਪਲੈਕਸ ਹੁੰਦਾ ਬੰਦੇ ਨੂੰ। ਠੀਕ ਹੈ ਜੀ, ਠੀਕ ਹੈ, ਠੀਕ ਹੈ। ਜੀ ਜਨਾਬ ਹੀ ਸਾਡਾ ਦਿਲ, ਜੀ ਜਨਾਬ ਹੀ ਸਾਡਾ ਦਿਲ, ਮਜ਼ਾਕਪੁਰ ਹੀ ਸਾਡੀ ਜਾਨ, ਬੋਲੇ ਬੋਲੇ ਦਿਲ, ਬੋਲੇ 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 ਦਿਲ, ਬੋਲੇ ਬੋਲੇ ਅੱਗੇ ਵੀ ਬੋਲੇ, ਮੈਂ ਗਾਣਾ ਨਾਲ ਨਾਲ ਇਹ ਨਾਲ ਨਾਲ ਗਾਣਾ, ਬੋਲੇ ਬੋਲੇ ਬੋਲੇ। ਜਨਾਬ ਆ ਤਾਂ ਗਿਫਟ ਇਹਨਾਂ ਦਾ ਹੋ ਗਿਆ। ਹਾਂ ਇਹ ਗਿਫਟ ਹੋ ਗਿਆ ਇਹਨਾਂ ਦਾ, ਹੋ ਹਾਂਜੀ, ਇਹ ਠੀਕ ਹੈ। ਹਾਂਜੀ, ਇਹ ਤਿੰਨ ਟਾਈਮ ਖਾਣੀ ਹੈ ਤੂੰ। ਆ ਦੇਖੋ ਜੀ, ਬ੍ਰੇਕ 'ਚ ਮੈਂ ਲਾਈ ਵੀ ਸੀ ਤੇ ਇੱਧਰ ਡੱਬ ਜਿਹਾ ਪੈ ਗਿਆ। ਜਦ ਮੈਂ ਕਿਹਾ ਸੀ ਤੈਨੂੰ ਖਾਣੀ, ਫਿਰ ਤੂੰ ਲਾਈ ਕਿਉਂ?
ਮੈਂ ਕਿਹਾ ਲਾ ਕੇ ਵੀ ਦੇਖ ਲਈਏ ਜੀ। ਲਾ ਕੇ ਨਹੀਂ ਦੇਖਣੀ, ਲਾ ਕੇ ਖਰਾਬ ਹੁੰਦੀ, ਰਿਐਕਸ਼ਨ ਕਰਦੀ ਹੈ। ਇਹ ਸਿਰਫ ਤੂੰ ਪਰੌਂਠੇ ਨਾ ਖਾਣੀ ਹੈ ਸਵੇਰੇ ਉੱਤੇ ਲਾ ਕੇ। ਲੈ ਵੀ ਪੁੱਤਰ ਆ ਗਿਆ ਹੁਣ ਜੋਣੇ ਦਾ ਗਿਫਟ, ਲੈ ਵੀ ਜੋਣੇ, ਇਹ ਮੈਂ ਤੇਰੇ ਲਈ ਲੈ ਕੇ। ਇਹ ਚ ਮਿੱਟੀ ਦਾ ਤੇਲ ਭਰਾਉਣ ਚੱਲ ਜਾ ਕਰੀ ਜਦੋਂ ਰਾਸ਼ਨ ਕਾਰਡ ਦਾ ਹੋਇਆ ਕਰੂੰਗਾ। ਕਰਤੀ ਨਾ ਬੇਵਕੂਫਾਂ ਵਾਲੀ ਗੱਲ, ਕਰਤੀ ਨਾ ਮੇਰੇ ਗਿਫਟ ਦੀ ਬੇਇੱਜ਼ਤੀ। ਹਾਏ ਸਰ ਸੌਰੀ, ਨਹੀਂ ਨਾ ਅਕਲ ਆਈ ਤੈਨੂੰ। ਗਿਫਟ ਤੇ ਵੱਡਾ ਹੀ ਵੱਡਾ ਨਾ। ਹਾਂ ਪਰ ਮੈਨੂੰ ਪਤਾ ਸੀ ਕਿ ਤੈਨੂੰ ਕੋਈ ਵੱਡੀ ਚੀਜ਼ ਹੀ ਸੂਟ ਕਰਨੀ। ਹਾਏ ਸਰ, ਇਹ ਸਸਤਾ ਹੀ ਲੱਗ ਰਿਹਾ ਹੈ। ਕਾਦੇ ਵਾਸਤੇ ਬਸ ਤੈਨੂੰ ਇਹਦਾ ਮੈਂ ਸਮਝ ਨਹੀਂ ਆਇਆ, ਕਾਦੇ ਵਾਸਤੇ ਇਹ ਬੈਨੀਫਿਟ ਕੀ ਹੈ ਜੀ ਇਹਦਾ। ਉਹ ਛੱਡ, ਉਹੀ ਗੱਲ ਹੁਣ ਜਿੱਦਾਂ ਤੂੰ ਘਰ ਜਾਣਾ, ਘਰ ਜਾਣਾ ਸਮ ਟਾਈਮ ਪ੍ਰੋਬਲਮ ਹੁੰਦੀ ਆ ਵਾਸ਼ਰੂਮ ਜਾਣ ਦੀ। ਹਾਂਜੀ ਹਾਂਜੀ ਹਾਂਜੀ। ਇਹਨੂੰ ਕੀ ਕਰਨਾ ਪੁੱਤਰ, ਇਹਨੂੰ ਨਾ ਕੱਟ ਕੇ ਨਾ ਉੱਤੋਂ ਉੱਤੋਂ ਇਹ ਹੈਂਡਲ ਰੱਖ ਲੈਣਾ ਇਸ ਸਾਈਡ ਤੋਂ, ਇਹ ਰੱਖਣੀ ਬਾਥਰੂਮ ਚ। ਆ ਗਿਆ ਹੀ ਦਿਮਾਗ ਚ ਮੇਰੇ ਤੇ, ਆ ਗਿਆ ਨਾ, ਉਹ ਤਾਂ ਬਸ ਅੱਡੇ ਨਹੀਂ ਪਈ ਹੁੰਦੀ। ਅੱਛਾ, ਇਹ ਤੇਰੇ ਉਹ ਕੰਮ ਆਣੀ ਆ ਤੇ ਅੱਜ ਕੱਲ ਮੈਂ ਤੈਨੂੰ ਦੱਸਦਾ, ਫਿਰ ਉੱਥੋਂ ਕਰਕੇ ਨਾ ਯੂਜ਼। ਹਾਂ ਉੱਥੋਂ ਮੈਂ ਡਾਇਰੈਕਟ ਨਾ ਲੈਣਾ ਇਹਦੇ ਨਾਲ ਸਰ, ਉਹਦਾ ਤੇ ਹਾਂ ਇਹ ਤੇਰੇ ਲਈ ਆ। ਪਰ ਉੱਥੇ ਤਾਂ ਜੀ ਉਹ ਟੂਟੀ ਚਲਾਓ ਜੀ, ਆਪੇ ਆਟੋਮੈਟਿਕ ਕੰਮ ਹੋ ਜਾਂਦਾ ਜੀ। ਕਿੱਥੇ? ਜਿੱਥੇ ਰੱਖਣੀ ਆ ਜੀ। ਪਹਿਲੇ ਤੈਨੂੰ ਛੱਡ। ਹਾਂ ਨਹੀਂ ਦੇ ਦੋ, ਗਿਫਟ ਤਾਂ ਗਿਫਟ ਹੈ ਜੀ। ਓਏ ਮਾਈਕ ਨਾ ਲੱਗਣ ਡਿਆ। ਤੇ ਹੁਣ ਮੈਨੂੰ ਇਹ ਦੱਸ ਕੀ ਕਹਿ ਰਹੇ ਤੂੰ? ਮੈਂ ਕਿਹਾ ਅੱਜ ਕੱਲ੍ਹ ਤਾਂ ਡਾਇਰੈਕਟ ਹੀ ਉਹ ਹੋ ਜਾਂਦਾ ਆਟੋਮੈਟਿਕ ਹੀ। ਇਹੀ ਪ੍ਰੋਬਲਮ ਹੈ ਇਹਨਾਂ ਦੀ। ਇੱਕ ਦਿਨ ਇਹ ਹੋਟਲ 'ਚ ਚੱਲ ਗਿਆ, ਚੰਗੇ ਹੋਟਲ 'ਚ। ਹਾਂਜੀ ਸਰ। ਤੇ ਇਹਨੂੰ ਪਤਾ ਨਾ ਲੱਗੇ ਪਾਣੀ ਆਉਣਾ ਕਿੱਥੋਂ ਹੈ। ਅੱਛਾ ਜੀ। ਇਹਨੇ ਰਿਸੈਪਸ਼ਨ ਤੇ ਫੋਨ ਕੀਤਾ। ਹਾਂਜੀ ਸਰ। ਉਹ ਕਹਿੰਦੇ ਸਰ ਅਸੀਂ ਇੱਕ ਵਧੀਆ, ਤੁਹਾਨੂੰ ਇੱਦਾਂ ਲੱਗ ਰਿਹਾ ਪ੍ਰੋਬਲਮ, ਇੱਦਾਂ ਦੀ ਕੋਈ ਗੱਲ ਨਹੀਂ, ਅਸੀਂ ਇੱਕ ਸ਼ਾਵਰ ਰੱਖਿਆ ਹੋਇਆ। ਅੱਛਾ ਜੀ। ਉਹ ਜਿਹਨੂੰ ਪਿੱਛੋਂ ਨੱਪੋ ਤੇ ਤੁਸੀਂ ਨਹਾ ਸਕਦੇ ਹੋ। ਇੱਕ ਵੱਡਾ ਸ਼ਾਵਰ ਹੈ, ਇੱਕ ਛੋਟਾ ਸ਼ਾਵਰ ਹੈ, ਉਹ ਥੱਲੇ ਇੱਕ ਹੈਂਡਲ ਵਾਲਾ ਹੈ। ਹਾਂਜੀ ਸਰ। ਇਹ ਬਾਥਰੂਮ 'ਚ ਜਾ ਕਨਫਿਊਜ਼ ਹੋ ਗਿਆ। ਹਾਂਜੀ ਸਰ। ਉਧਰ ਇੱਕ ਸਾਈਡ ਤੇ ਟੰਗੀ ਸੀ ਨਿੱਕੀ। ਅੱਛਾ ਜੀ। ਸੀਟ ਲੱਗ ਗਈ, ਇਹਨੂੰ ਲੱਗਾ ਉਹ ਹੈ। ਅੱਛਾ। ਇਹ ਉਹ ਫੜ ਕੇ ਨਾਲ ਲੱਗ ਗਿਆ। ਉਹ ਬੇਵਕੂਫਾ ਵੱਡਾ ਸ਼ਾਵਰ ਸੀ ਉਹ ਜਿਹੜਾ ਸਾਈਡ ਤੇ ਟੰਗਿਆ ਸੀ। ਉਹ ਹੁਣ ਮੈਨੂੰ ਉੱਥੋਂ ਦਾ ਤਾਂ ਲੱਗ ਗਿਆ ਪਤਾ, ਪਰ ਇਹਦੀ ਲੋੜ ਨਹੀਂ ਹੁਣ ਪੈਂਦੀ। ਉਹ ਪੁੱਤਰ ਇਹਦੀ ਤੈਨੂੰ ਬੜੀ ਲੋੜ ਪੈਣੀ ਹੈ, ਤੈਨੂੰ ਨਹੀਂ ਪਤਾ ਇਸ ਗੱਲ ਦਾ। ਤੂੰ ਹਰ ਟਾਈਮ ਹੋਟਲਾਂ 'ਚ ਨਹੀਂ ਰਹਿਣਾ। ਉਹ ਤਾਂ ਹੈ ਜੀ। ਹਾਂ ਕਿ ਸਮ ਟਾਈਮ ਤੂੰ ਟਰੈਵਲਿੰਗ ਤੇ ਵੀ ਜਾਣਾ, ਹੁਣ ਟ੍ਰੇਨ 'ਚ ਤੈਨੂੰ ਕਿੰਨੀ ਪ੍ਰੋਬਲਮ ਹੁੰਦੀ ਹੈ। ਹਾਂ ਜੀ। ਹੁਣ ਇਹ ਬੰਦਾ ਇੰਨਾ ਉਹ ਟ੍ਰੇਨ 'ਚ ਮਾਗ ਨਹੀਂ ਲੱਗਾ ਹੁੰਦਾ, ਉਹ 'ਚ ਪ੍ਰੋਟੀਨ ਸ਼ੇਕ ਪੀਂਦਾ ਹੁਣੇ। ਉਹ ਇਹਦਾ ਪਤਾ ਕੀ ਹੈ, ਇੱਦਾਂ ਹੌਲੀ ਹੌਲੀ ਚੀਜ਼ਾਂ ਮੰਨਦੀਆਂ। ਸੋ ਬਾਕੀ ਤਾਂ ਮੈਨੂੰ ਬੜਾ ਮਜ਼ਾ ਆ। ਲੈ ਵੀ ਲਵ ਯੂ, ਹੁਣ ਗਾਣਾ ਸੁਣਾ ਦੇ ਫਟਾਫਟ। ਹਾਂਜੀ ਸਰ, ਸੁਣੋ ਫਿਰ। ਜੀ ਜਨਾਬ, ਹੀ ਸਾਡਾ ਦਿਲ ਹੈ, ਮਜ਼ਾਕਪੁਰ ਹੀ ਸਾਡੀ ਜਾਂ, ਬੋਲੇ 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 ਬੋਲੇ। ਜੀ ਜਨਾਬ, ਹੀ ਸਾਡਾ ਦਿਲ ਮਜ਼ਾਕਪੁਰ, ਨਾਲ ਆ ਵਾਲੀ ਲਾਈਨ ਗਾਉਣਾ। ਕਾਮ ਨਾਲ ਆ ਵਾਲੀ ਲਾਈਨ ਗਾਉਣਾ, ਗਾਣਾ ਖਾਲੀ ਮੈਂ ਤਾਂ ਮਰ ਜਾਣਾ। ਕੀ ਕਹੇ, ਆਪੇ ਤਾਂ ਗਿਆ, ਮੇਰੇ ਪਿੱਛੇ ਬੋਲੋ। ਓਏ ਅਗਲੀ ਲਾਈਨ ਗਾਓ, ਓਏ ਨਾ ਤੰਗ ਕਰੋ ਮੈਨੂੰ। ਉਹੀ ਗਾਣ ਲੱਗ ਗਈ। ਜੀ ਜਨਾਬ, ਹੀ ਸਾਡਾ ਦਿਲ ਹੈ ਮਜ਼ਾਕਪੁਰ, ਹੀ ਸਾਡੀ ਜਾਂ, ਬੋਲੇ 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 ਬੋਲੇ। ਦੁਰਪਿੱਟੇ ਮੂੰਹ ਬਕਵਾਸ ਨਾ ਕਰ, ਦੁਰਪਿੱਟੇ ਮੂੰਹ ਬਕਵਾਸ ਨਾ ਕਰ। ਕੀ ਕਹਿਣਾ ਪੈ, 15 ਰੁਪਈਆਂ ਦੀ ਛੋਲੇ ਭਟੂਰਿਆਂ ਦੀ ਪਲੇਟ ਤੇ 15 ਰੁਪਈਆਂ ਦੇ ਇਕੱਲੇ ਛੋਲੇ। ਬੋਲੇ 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 ਬੋਲੇ। ਤੇ ਮੈਂ ਸਿਰਫ ਇਹੀ ਕਹਿਣਾ ਚਾਹਨਾ, ਕਸਰਤ ਪਗੜੀ ਟੌਰ ਹੈ ਤਗੜੀ, ਕਸਰਤ ਪਗੜੀ ਟੌਰ ਹੈ ਤਗੜੀ, ਪੂਰੀ ਆਕੜ ਬੜੇ ਧਮਾਕੜ, ਪੂਰੀ ਆਕੜ ਬੜੇ ਧਮਾਕੜ, ਜਿਗਰੇ ਸਾਡੇ ਸਭ ਤੋਂ ਵੱਡੇ, ਸਾਡੇ ਅੱਗੇ ਕੋਈ ਨਾ ਲੱਗੇ। ਓ ਮਾਰ ਮਾਰ ਲਲਕਾਰੇ ਅੱਜ ਸਿੰਘ ਅੱਜ ਨੱਚਣਗੇ, ਓ ਖਾਲੀ ਕਰ ਦਿਓ ਵੇਲਾ, ਮਿਸਟਰ ਸਿੰਘ ਅੱਜ ਨੱਚਣਗੇ, ਖਾਲੀ ਕਰ ਦਿਓ ਵੇੜਾ, ਮਿਸਟਰ ਸਿੰਘ ਅੱਜ ਨੱਚਣਗੇ, ਖਾਲੀ ਕਰ ਦਿਓ ਵੇੜਾ, ਮਿਸਟਰ ਸਿੰਘ ਅੱਜ ਨੱਚਣਗੇ। ਓਏ ਓਏ ਓ ਛੋੜੂ, ਨਹੀਂ ਓ ਛੋੜੂ ਜੀ, ਹਾਏ ਨਾ ਮੂੰਹ ਕਹਦਾ ਜੀ। ਪੁੱਤਰ ਕ੍ਰਿਮੀਨਲ ਦੀ ਆਵਾਜ਼ ਥੱਲੇ ਹੁੰਦੀ ਆ, ਤੂੰ ਮੈਨੂੰ ਵੀ ਅਗੋ ਹੋ ਜਿਆ ਪੈ ਗਏ। ਚਿੱਟੇ ਕੋਟ ਦੇ ਕਿਸੇ ਚੋਂ ਕੱਢ ਕੱਢ ਨੋਟ ਵਿਖਾਉਂਦਾ, ਚਿੱਟੇ ਕੋਟ ਦੇ ਕਿਸੇ ਚੋਂ ਕੱਢ ਕੱਢ ਨੋਟ ਵਿਖਾਉਂਦਾ ਨੀ, ਪ੍ਰਮੋਸ਼ਨ ਹੋ ਗਈ ਲੁੱਡੀਆਂ ਪਾਉਂਦਾ ਆਉਂਦਾ ਨੀ, ਪ੍ਰਮੋਸ਼ਨ ਹੋ ਗਈ ਲੁੱਡੀਆਂ ਪਾਉਂਦਾ ਆਉਂਦਾ ਨੀ, ਇੰਸਪੈਕਟਰ ਪਾਲੀ ਲੁੱਡੀਆਂ ਪਾਉਂਦਾ ਆਉਂਦਾ। ਅੱਜ ਪਾਰਟੀ ਕਿੱਥੇ ਆਈ ਹੈ? ਪਾਰਟੀ ਕਿੱਥੇ ਆਈ? ਪਾਰਟੀ ਅੱਜ ਪੁੱਤਰ ਉੱਥੇ ਆ, ਅੱਜ ਤੂੰ ਮੈਨੂੰ ਸ਼ਾਮ ਨੂੰ ਮਿਲੀ। ਹਾਂਜੀ। ਤੈਨੂੰ ਨੂਡਲ ਬਰਗਰ ਡੋਸਾ ਪਾਓ ਬਾਜੀ, ਸਾਰੀਆਂ ਚੀਜ਼ਾਂ ਕਿ ਇੱਕ ਜੀ ਜੀ ਸਾਰੀਆਂ ਚੀਜ਼ਾਂ ਫੇਰ ਸਾਰੀਆਂ ਪਾਓ ਬਾਜੀ। ਕਿਹੜੀ ਬਾਜੀ ਹੈ? ਪਾਓ ਬਾਜੀ ਕਿਹੜੀ ਬਾਜੀ? ਉਹ ਜਿਹੜੀ ਕਹਿੰਦੇ ਨੇ ਭਾਜੀ ਪਾਜੀ ਪਾਓ। ਅੱਛਾ ਜੀ, ਪਾਜੀ ਪਾਓ ਬਰਗਰ ਏਦਾਂ ਦਾ ਹੁੰਦਾ, ਚੌਮਿਨਸ ਏਦਾਂ ਦੇ ਹੁੰਦੇ ਆ, ਹਨਾ ਮੋਮੋਸ ਏਦਾਂ ਦੇ ਹੁੰਦੇ ਆ। ਬੇਟਾ ਤਵੇ ਦੇ ਥੱਲੇ ਲੱਗੇ ਹੋਏ ਮੋਮੋ ਵਰਗਾ ਮੂੰਹ ਹੈ ਤੇਰਾ, ਜਿਹੜਾ ਇੱਕ ਸਾਈਡ ਤੋਂ ਕਾਲਾ ਹੁੰਦਾ ਤੇ ਇੱਕ ਸਾਈਡ ਤੋਂ ਚਿੱਟਾ, ਕੀ ਕਰਾਂ ਮੈਂ ਦੱਸ।
ਜਨਾਬ ਅੱਜ ਟ੍ਰਿਬਿਊਨ ਚੌਂਕ ਚ ਪਾਰਟੀ ਰੱਖੋ ਫਿਰ ਹੈ ਟ੍ਰਿਬਿਊਨ ਚੌਂਕ ਚ ਕਿਉਂਕਿ ਤੂੰ ਟਰੱਕ ਥੱਲੇ ਹੋਣਾ ਉਹ ਨਾਲੇ ਜਨਾਬ ਉਹ ਚੌਂਕ ਚ ਕੌਣ ਪਾਰਟੀ ਰੱਖਦਾ ਓਏ ਦੇਖੋ ਜਨਾਬ ਨਾਲੇ ਚਲਾਨ ਕੱਟੀ ਚੱਲਾਂਗੇ ਨਾਲੇ ਇੰਜੋਏ ਕਰੀ ਚੱਲਾਂਗੇ ਕੀ ਬਾਤ ਜਨਾਬ ਆਸ਼ੀਰਵਾਦ ਦਿਓ ਜੀ ਦਿਮਾਗ ਦੇਖੋ ਝੰਡੇ ਦਾ ਮੈਨੂੰ ਲੱਗਦਾ ਆਸ਼ੀਰਵਾਦ ਦੀ ਜਗ੍ਹਾ ਤੈਨੂੰ ਮੈਂ ਇੱਥੋਂ ਦੀ ਉਹ ਰੈਜ਼ਿਗਨੇਸ਼ਨ ਲੈਟਰ ਹੀ ਦੇ ਦਵਾਂ ਅੱਛਾ ਅੱਛਾ ਨਹੀਂ ਨਹੀਂ ਮੈਂ ਰਜਿਸਟਰ ਕਰ ਦੋ ਮੈਨੂੰ ਫੋਨ ਤੈਨੂੰ ਇੰਨੀ ਸਮਝ ਨਹੀਂ ਆਉਂਦੀ ਜੇ ਅੱਗੇ ਤੂੰ ਹਮੇਸ਼ਾ ਬਾਹਰ ਬੈਠਾ ਰਹਿਣਾ ਅੱਜ ਤੈਨੂੰ ਅੰਦਰ ਆਉਣ ਦਾ ਮੌਕਾ ਦਿੱਤਾ ਤੇ ਤੂੰ ਬਕਵਾਸ ਸ਼ੁਰੂ ਕਰਤੀ ਜਨਾਬ ਤੁਸੀਂ ਕਿਹਾ ਸੀ ਗਿਫਟ ਲੈ ਕੇ ਆਵੋਗੇ ਹੱਥ ਗਿਫਟ ਦਿੱਤਾ ਤੇ ਆ ਤੁਹਾਨੂੰ ਤਿੰਨਾਂ ਨੂੰ ਮਿਲ ਗਿਆ ਗਿਫਟ ਉਹਨੂੰ ਉਹ ਕੈਨੀ ਮਿਲ ਗਈ ਤੈਨੂੰ ਆ ਕਰੀਮ ਮਿਲ ਗਈ ਆ ਇਹਨੂੰ ਪੋਚੇ ਮਿਲ ਗਏ ਲੈ ਜਿਹਨੇ ਕੈਨੀ ਤੇਰੇ ਕੋਲ ਇਹ ਪੋਚਾ ਗੱਲਾਂ ਕਰਕੇ ਲਾਉਣਾ ਸ਼ੁਰੂ ਕਰ ਦੇ ਲਓ ਜੀ ਨਹੀਂ ਪੋਚਾ ਤੁਸੀਂ ਲਾਉਣਾ ਮੈਂ ਕੈਨੀ ਫੜ ਕੇ ਰੱਖੂਗਾ ਬਸ ਚੱਲ ਜਦੋਂ ਇਹ ਦੋਨੋਂ ਥੱਕ ਜਾਣਗੇ ਇਹਨਾਂ ਦੇ ਇਹਨਾਂ ਨੂੰ ਇਹ ਕਰੀਮ ਖਵਾ ਦੂੰ ਹਾਂ ਇੱਕ ਇੱਕ ਪਰੋਠੇ ਤੇ ਕਰੀਮ ਲਾ ਕੇ ਖਵਾ ਦੂੰ ਓਏ ਹਾਂ ਉਹ ਮੇਰੀ ਗੱਲ ਸੁਣੋ ਹੁਣ ਸੁਣਾਓ ਸਰ ਹੁਣ ਮੈਂ ਲੱਗ ਗਿਆ ਵੱਡਾ ਅਫਸਰ ਕੀ ਕਰੀਏ ਜੀ ਤੁਸੀਂ ਵੀ ਨੇ ਪਰਦੇ ਫੁੱਟ ਪਾਉਣ ਲੱਗ ਗਏ ਫਿਰ ਮੈਂ ਉਹਦਾ ਕੀ ਕਰੀਏ ਜੀ ਪੁੱਤਰ ਤੂੰ ਨਹੀਂ ਕੁਛ ਕਰਨਾ ਜੋ ਕਰਨਾ ਮੈਂ ਹੀ ਕਰਨਾ ਐਸੇ ਤੁਹਾਡੀ ਪਾਰਟੀ ਤੇ ਜਦੋਂ ਮੈਂ ਨੋਟ ਵਾਰੂੰਗੇ ਨਾ ਜਦੋਂ ਜਿਉਣਾ ਚੁੱਕੂਗਾ ਨਹੀਂ ਪਹਿਲਾਂ ਮੈਨੂੰ ਦੱਸ ਲੈ ਕੇ ਕਿੱਥੋਂ ਆਏਂਗੀ ਸਾਰਾ ਟੱਬਰ ਤੇ ਤੁਹਾਡਾ ਕਰਜ਼ੇ ਥੱਲੇ ਜਿਹੜੇ ਤੂੰ ਮਾਰੇਂਗੇ ਲੈ ਕੇ ਕਿੱਥੋਂ ਆਏਂਗੀ ਨਕਲੀ ਸਰ ਸਾਡੇ ਪਹਿਲੇ ਕਿਤੇ ਚੁੱਕਣ ਜਾਏਂਗੀ ਤੇ ਲੈ ਕੇ ਆਏਂਗੀ ਨਾ ਨਕਲੀ ਜਿੰਨੇ ਬੰਦੇ ਸਰ ਮੇਰੇ ਫੁੱਫੜ ਜੀ ਬਣਾਉਂਦੇ ਆ ਅੱਛਾ ਅੱਛਾ ਅੰਦਰ ਕਰੋਗੇ ਮੈਂ ਤੇਰਾ ਫੁੱਫੜ ਅੰਦਰ ਕਰਨੇ ਆ ਪਹਿਲਾਂ ਹਾਂ ਸਰ ਉਹਨੇ ਕੀ ਕੀਤਾ ਨਕਲੀ ਨੋਟ ਜੀ ਸ਼ਾਬ ਦਾ ਤੇ ਮੈਂ ਸਿਰ ਪੁੱਛ ਤੇ ਉਹਦੇ ਕਰਕੇ ਹੋਈ ਆ ਸਗੋ ਕਿ ਉਹ ਬਚਿਆ ਰਵੇ ਫੁੱਫੜ ਉਹ ਜਨਾਬ ਉਹ ਪਹਿਲਾਂ ਹੀ ਅੰਦਰ ਆ ਅੱਛਾ ਜਾਣਦਾ ਮੈਂ ਪਕੌੜੀਆਂ ਚੱਕਦਾ ਫੜਿਆ ਗਿਆ ਸੀ ਅੱਛਾ ਤੂੰ ਦੱਸ ਕੀ ਕਹਿ ਰਹੀ ਹਾਂਜੀ ਸਰ ਤੇ ਜਦੋਂ ਜਿਉਣਾ ਨੋਟ ਚੁੱਕੂਗਾ ਨਾ ਫਿਰ ਸਰ ਪਤਾ ਕਿੱਦਾਂ ਬੋਲੀ ਕਿਹੜੀ ਬੋਲੀ ਪਾਉਣੀ ਨਾਲੇ ਜਿਉਣਾ ਪਾਣ ਚੁੱਕਦਾ ਹੋ ਨਾਲੇ ਜਿਉਣਾ ਪਾਣ ਚੁੱਕਦਾ ਨਾਲੇ ਛੋਟੀਆਂ ਬਾਹਾਂ ਨੂੰ ਵੱਟ ਪਾਉਂਦਾ ਨਾਲੇ ਜਿਉਣਾ ਪਾਣ ਚੁੱਕਦਾ ਨਾਲੇ ਛੋਟੀਆਂ ਬਾਹਾਂ ਨੂੰ ਵੱਟ ਪਾਉਂਦਾ ਛੋਟੀ ਬਾਹਾਂ ਨਾਲ ਮੁੱਛਾਂ ਨੂੰ ਵੱਟ ਪਾਉਂਦਾ ਨਾਲੇ ਜਿਉਣਾ ਪਾਣ ਚੁੱਕਦਾ ਛੋਟੀ ਬਾਹਾਂ ਨਾਲ ਮੁੱਛਾਂ ਨੂੰ ਵੱਟ ਪਾਉਂਦਾ ਅੱਛਾ ਮੁੱਛਾਂ ਨੂੰ ਵੱਟ ਤੇ ਆ ਪਾਂਡੇ ਤਾਂ ਕੋਈ ਕਿੱਡੀ ਬਹਾਦਰੀ ਵਾਲਾ ਕੰਮ ਕਰਨ ਦੇ ਪਾਣ ਹੀ ਚੁੱਕਣ ਦੇ ਥੱਲੋਂ ਇਹ ਚ ਕਿਹੜਾ ਤੂੰ ਕੋ ਕਬਜ਼ਾ ਲੈ ਕੇ ਆ ਤੇ ਚੁੱਕਣ ਵੀ ਤਾਂ ਪੈਸੇ ਹੀ ਦਿਆ ਫਿਰ ਜੀ ਵਾਹ ਜੀ ਵਾਹ ਚੁੱਕੀ ਪੁੱਤਰ ਸਾਰੀ ਉਮਰ ਕਮਾਈ ਨਾ ਕਦੀ ਕਦੀ ਇਹ ਨਾ ਸੋਚ ਲੈ ਕਿ ਮੈਂ ਹੱਥੀ ਕੁਛ ਕਰ ਲਵਾਂ ਹੱਥੀ ਤੇ ਸਿਰਫ ਤੂੰ ਚਪੇੜਾ ਹੀ ਖਾਦੀਆਂ ਮਰ ਜਾਣੇ ਨਾਣੇ ਕਿੱਦਾਂ ਪਾਲੂਗਾ ਤੂੰ ਜੇ ਕੰਮ ਨਾ ਕੀਤਾ ਕੀ ਕਰੇਂਗਾ ਨਾਣੇ ਸਰ ਕਿੱਦਾਂ ਪਾਲੂਗਾ ਇਹ ਫਿਕਰ ਤੁਹਾਨੂੰ ਹੋਣੀ ਚਾਹੀਦੀ ਹੈ ਪਰ ਉਹ ਪਾਲਨੇ ਨਿੱਕੇ ਨਿੱਕੇ ਹੋਣਾਂ ਕੜੇ ਚਲੋ ਪਲ ਜੋ ਉਹਨੇ ਪਲ ਜਾਣਾ ਸਰ ਇਹਦੇ ਨਾਣੇ ਤਾਂ ਉਹ ਗੱਠ ਮੁਠੀਆਂ ਨਹੀਂ ਹੁੰਦੇ ਓਟੇ ਓਟੇ ਗੱਠ ਮੁਠੀਆਂ ਹੁੰਦੇ ਆ ਨਾਣੇ ਹਾਂਜੀ ਗੱਠ ਮੁਠੀਆਂ ਹੁੰਦੇ ਆ ਜੀ ਤੇ ਇਹ ਤੈਨੂੰ 7 ਫੁੱਟਾਂ ਦੇ ਖੰਡੇ ਆ ਮੈਂ ਉਹ ਹਿਸਾਬ ਨਹੀਂ ਕਿਹਾ ਜੀ ਗੱਠ ਪੁੱਤਰ ਇਹ ਜ਼ਰੂਰੀ ਨਹੀਂ ਹੁੰਦਾ 4 ਗਿੱਠਾਂ ਦਾ ਤੇ ਹੈਗਾ ਜੀ ਇਹ ਜ਼ਰੂਰੀ ਨਹੀਂ ਹੁੰਦਾ ਕਿ ਜੇ ਕਿਸੇ ਦੀ ਇਦਾਂ ਦੀ ਹਾਈਟ ਆ ਤੇ ਗਾਂ ਦੇ ਬੱਚੇ ਵੀ ਉਹੋ ਜੇ ਹੋਣ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਸਮ ਟਾਈਮਸ ਕੁਝ ਹਾਰਮੋਨਸ ਹੁੰਦੇ ਆ ਕੁਝ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਜੋ ਡਿਵੈਲਪ ਨਹੀਂ ਹੋ ਪਾਉਂਦੀਆਂ ਹੁਣ ਜੋਨੇ ਦੇਖੋ ਜੇ ਜੋਨੇ ਦਾ ਸਰੀਰ ਨਹੀਂ ਡਿਵੈਲਪ ਦਿਮਾਗ ਤੇ ਡਿਵੈਲਪ ਹੈ ਨਾ ਉਹਨੂੰ ਪਤਾ ਤੇ ਹੈ ਕਿ ਚਪੇੜਾ ਕਿੱਧਰੋਂ ਖਾਣੀ ਹੈ ਹਾਂਜੀ ਸਰ ਉਹਦੀ ਆਉਂਡੀਆਂ ਬਚਣਾ ਕਿੱਧਰੋਂ ਆ ਪਰਸ ਕਿੱਦਾਂ ਕੱਢਨੇ ਆ ਮੈਨੂੰ ਆਖੀ ਆ ਜਨਾਬ ਛੱਡੋ ਤੁਸੀਂ ਸਾਡੇ ਲਈ ਗਿਫਟ ਲੈ ਕੇ ਆਏ ਆ ਸਾਡਾ ਵੀ ਫਰਜ਼ ਬਣਦਾ ਤੁਹਾਨੂੰ ਖਵਾਈਏ ਮਤਲਬ ਖਾਣ ਪੀਣ ਨੂੰ ਸਰ ਮੈਂ ਵੀ ਚਾਹਣਾ ਚਲੋ ਠੀਕ ਆ ਆਪਾਂ ਇੱਦਾਂ ਕਰਦੇ ਆਪਾਂ ਬਾਹਰ ਚੱਲਦੇ ਆ ਮੈਂ ਤੁਹਾਨੂੰ ਫਿਰ ਕੁਝ ਖਵਾ ਕੇ ਲਿਆਣਾ ਠੀਕ ਹੈ ਇਜਾਜ਼ਤ ਆਪਾਂ ਲੈ ਲੈਂਦੇ ਹਾਂ ਠੀਕ ਹੈ ਤੇ ਬਾਕੀ ਇਹ ਹੈ ਜੀ ਕਿ ਹੁਣ ਮੈਂ ਤੁਹਾਨੂੰ ਸਿਰਫ ਇਹ ਦੱਸ ਦਵਾਂ ਥੋੜੀਆਂ ਡਿਊਟੀਆਂ ਸਖਤ ਕਰ ਲਓ ਮਜ਼ਾਕ ਮਜ਼ੂਕ ਕੋਈ ਨਹੀਂ ਕਰਨਾ ਮੈਨੂੰ ਹੋ ਸਕਦਾ ਅਗਲੇ ਦਿਨਾਂ ਦੇ ਵਿੱਚ ਕੁਝ ਬਾਹਰ ਜਾਣਾ ਪਵੇ ਡਿਊਟੀਆਂ ਲਈ ਬਾਕੀ ਥਾਣਿਆਂ ਤੇ ਮੈਂ ਇਨਸਪੈਕਸ਼ਨ ਤੇ ਜਾਣਾ ਹਾਂਜੀ ਠੀਕ ਹੈ ਤੇ ਤੁਸੀਂ ਪਿੱਛੋਂ ਇੱਥੇ ਥਾਣਾ ਵਧੀਆ ਤਰੀਕੇ ਨਾਲ ਵੀ ਸੰਭਾਲਣਾ ਚਲ ਬਿਲਕੁਲ ਸਰ ਠੀਕ ਹੈ ਹਾਂਜੀ ਤੇ ਹੁਣ ਆਪਾਂ ਇਜਾਜ਼ਤ ਲੈਣੇ ਫਿਰ ਬਾਹਰ ਜਾ ਕੇ ਚਾਹ ਪਾਣੀ ਤੁਹਾਨੂੰ ਮੈਂ ਦਿਖਾ ਕੇ ਲੈਣਾ ਲਓ ਜੀ ਵੇਲਾ ਹੋ ਗਿਆ ਹੁਣ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਲੈਣੇ ਤੁਹਾਡੇ ਤੋਂ ਇਜਾਜ਼ਤ ਤੁਹਾਡੀਆਂ ਦੁਆਵਾਂ ਤੁਹਾਡੇ ਪਿਆਰ ਤੁਹਾਡੀਆਂ ਵਧਾਈਆਂ ਲਈ ਬਹੁਤ ਬਹੁਤ ਸ਼ੁਕਰੀਆ ਤੇ ਇਦਾਂ ਆਪਾਂ ਮਿਲਦੇ ਰਹਾਂਗੇ ਤੇ ਤੁਸੀਂ ਇਦਾਂ ਦੇਖਦੇ ਰਹਿਣਾ ਇਸ ਸ਼ੋਅ ਜਿਹਦਾ ਨਾਮ ਹੈ ਜੀ ਜਨਾਬ ਤੇ ਜੀ ਜਨਾਬ।